ਹੈ 9 ਮਹੀਨੇ ਅੱਜ ਜਮਾਨਤ ਹੋਈ ਹੈ। ਹੋਰ ਮਿਨਿਸਟਰ ਜਾਣ ਵਾਲੇ ਜੇਲ੍ਹ ਵਿੱਚ, ਬੀਬੀ ਜੀ ਤੁਸੀਂ ਉੱਥੇ ਕਰਪਸ਼ਨ ਨਹੀਂ ਹਟਾ ਸਕਦੇ, ਜਿਹੜੀ ਸਰਕਾਰ ਤੁਹਾਡੇ ਘਰ ਤੋਂ ਨੇੜੇ ਚੱਲ ਰਹੀ ਹੈ ਦਫ਼ਤਰ ਆ ਉੱਥੇ, ਫਿਰ ਸਾਨੂੰ ਤੁਸੀਂ ਆ ਕੇ ਨਸੀਹਤਾਂ ਦਿੰਦੇ ਹੋ। ਅੱਜ ਵੀਰੋ ਤੁਸੀਂ ਯਾਦ ਕਰੋ, ਪਹਿਲਾਂ ਇੱਥੇ ਮੁਗਲਾਂ ਦਾ ਰਾਜ ਸੀ, ਗਜ਼ਨੀ ਸਨ, ਲੁੱਟਦੇ ਹੁੰਦੇ ਸਨ ਦੇਸ਼ ਨੂੰ, ਲੁੱਟ ਕੇ ਲੈ ਜਾਂਦੇ ਆਪਣੇ ਮੁਲਕ 'ਚ ਪੈਸਾ ਇੱਥੋਂ ਦਾ ਸਾਰਾ। ਫਿਰ ਅੰਗਰੇਜ਼ ਆਏ, ਉਹ ਲੁੱਟ ਕੇ ਲੈ ਜਾਂਦੇ ਸਨ ਸਾਰਾ ਧਨ ਆਪਣੇ ਦੇਸ਼ ਹਿੰਦੁਸਤਾਨ ਤੋਂ, ਆਪਣੇ ਦੇਸ਼ ਲੈ ਜਾਂਦੇ ਸਨ, ਉੱਥੇ ਖਰਚ ਕਰਦੇ ਸਨ, ਦੇਸ਼ ਉਹ ਖੁਸ਼ਹਾਲ ਹੁੰਦੇ ਸਨ। ਕਦੇ ਸੋਚਿਆ ਵੀ ਕਾਂਗਰਸ ਵੀ ਗਜਨੀਆਂ ਵਾਂਗੂ ਤੇ ਅੰਗਰੇਜ਼ਾਂ ਵਾਂਗੂ ਲੁੱਟਣਗੇ? ਇਹਨਾਂ ਨੇ ਉਦੋਂ ਵੱਧ ਹਿੰਦੁਸਤਾਨ ਨੂੰ ਲੁੱਟਿਆ, ਔਰ ਪੈਸੇ ਜਿਹੜੇ ਲੈ ਕੇ ਗਏ ਹਨ ਬਾਹਰਲੇ ਮੁਲਕਾਂ ਜਮ੍ਹਾਂ ਕਰਦੇ, ਉਹ ਤਾਂ ਚਲੋ ਆਪਣੇ ਦੇਸ਼ 'ਚ ਹੀ ਲਾਉਂਦੇ ਸਨ ਨਾ, ਇਹਨਾਂ ਨੇ ਕਾਲਾ ਧਨ ਬਾਹਰ ਜਮ੍ਹਾਂ ਕਰਾਇਆ। ਇਹਨਾਂ ਦੇ ਮਿਨਿਸਟਰ ਮੰਨਦੇ ਆ, ਫਾਈਨੈਂਸ ਮਿਨਿਸਟਰ ਨੇ ਬਿਆਨ ਦਿੱਤਾ ਕਿ ਸਾਡਾ ਜਿਹੜਾ ਕਾਲਾ ਧਨ ਜਿੰਨਾ ਹੈ ਉਹਦੀ ਲਿਸਟ ਹੈ ਸਾਡੇ ਕੋਲ ਕਿਹਦੀ ਕਿਹਦੀ ਹੈ, ਪਰ ਸ਼ਾਇਆ ਨਹੀਂ ਕਰਦੇ, ਕੋਈ ਐਕਸ਼ਨ ਨਹੀਂ ਲੈਂਦੇ। ਕਰਪਸ਼ਨ ਲਾਅਨਤ ਹੈ। ਦੂਜਾ, ਕਿੰਨੀ ਮਹਿੰਗਾਈ ਹੈ, ਜਿਹੜਾ ਦੇਸ਼ ਆਪਣੇ ਮੁਲਕ ਵਿੱਚ ਮਹਿੰਗਾਈ ਨਹੀਂ ਦੂਰ ਕਰ ਸਕਦਾ ਸਰਕਾਰ, ਉਹ ਨਲਾਇਕ ਸਰਕਾਰ ਹੈ। ਇਹ ਬੱਸ ਸੈਂਟਰ ਦੇ ਆ ਸਾਡੇ ਨਹੀਂ, ਬੱਚੇ ਬੇਰੁਜ਼ਗਾਰ ਫਿਰਦੇ ਆ, ਇਹਨਾਂ ਨੂੰ ਕੀ ਫਿਕਰ ਹੈ? ਇਸੇ ਤਰ੍ਹਾਂ ਅੱਤ ਦੀ ਗਰੀਬੀ ਹੈ। ਤੁਸੀਂ ਕਿਸਾਨ ਭਰਾ ਬੈਠੇ ਹੋ, ਮੈਨੂੰ ਦੁੱਖ ਹੋਇਆ ਸੋਨੀਆ ਗਾਂਧੀ ਦਾ ਬਿਆਨ ਪੜ੍ਹ ਕੇ ਕਿ ਜੀ ਪੰਜਾਬ ਵਿੱਚ ਕਿਸਾਨ ਵੀ ਦੁਖੀ ਹੈ ਪੰਜਾਬ ਦੀ ਸਰਕਾਰ ਕਰਕੇ, ਤੇ ਇੰਡਸਟਰੀ ਵਾਲੇ ਵੀ ਖੁਸ਼ ਨਹੀਂ। ਕਿਸਾਨ ਵੀਰੋ, ਸਾਰਾ ਬਸ ਹਿੰਦੁਸਤਾਨ ਦੀ ਸਰਕਾਰ ਦੇ ਹੈ, ਕੋਈ ਸਮਝਣਾ ਔਖਾ ਨਹੀਂ। ਤੁਹਾਡੇ ਭਾਅ ਕੌਣ ਮੁਕਰਰ ਕਰਦਾ ਕਣਕ ਦੇ ਝੋਨੇ ਦੇ? ਨਾ ਸਾਡੇ ਵੱਸ ਹੈ ਨਾ ਤੁਹਾਡੇ ਵੱਸ ਹੈ। ਜੇ ਵੱਸ ਉਹਨਾਂ ਦੇ ਹੈ, ਆਮਦਨ ਉਹਨਾਂ ਦੇ ਵੱਸ ਹੈ, ਤੇ ਨਾ ਸਾਡਾ ਲੈਂਦੇ ਆ। ਖਰਚਾ ਵੀ ਉਹਨਾਂ ਦੇ ਵੱਸ ਹੈ, ਡੀਜ਼ਲ ਬਣਾ, ਡੀਜ਼ਲ ਦਾ ਭਾਅ, ਖਾਦਾਂ ਦਾ ਭਾਅ, ਇਹ ਕੋਈ ਅਸੀਂ ਮੁਕਰਰ ਕਰਦੇ ਹਾਂ? ਇਹ ਉਹ ਮੁਕਰਰ ਕਰਦੇ ਆ। ਅਸੀਂ ਇੱਕੋ ਚੀਜ਼ ਬੀਬੀ ਜੀ ਕਰ ਸਕਦੇ ਸੋ, ਜਿਹਦਾ ਤੁਸੀਂ ਸਾਡੇ ਨੂੰ ਨੁਕਸਾਨ ਕੀਤਾ ਜੇ, ਕਿ ਟਿਊਬਵੈੱਲਾਂ ਦੇ ਬਿੱਲ ਅਸੀਂ ਨਹੀਂ ਲਏ ਜਿਹੜਾ ਪੰਜਾਬ ਸਰਕਾਰ ਦੇ ਵੱਸ ਸੀ। ਹਜ਼ਾਰਾਂ ਕਰੋੜ ਰੁਪਇਆ ਜਿਹੜਾ ਕਿਸਾਨਾਂ ਦੀ ਜੇਬਾਂ 'ਚ ਨਿਕਲਣਾ ਸੀ ਨਹੀਂ ਨਿਕਲ ਦਿੱਤਾ। ਉਲਟਾ ਜਿਹੜੇ ਸਾਨੂੰ ਇੱਥੇ ਕਹਿੰਦੇ ਆ ਖੇਤੀਬਾੜੀ ਦੇ ਸਿਲਸਿਲੇ ਵਿੱਚ ਆ ਕੇ, ਇਹਨਾਂ ਨੇ ਸਾਡੀਆਂ ਗਰੰਟਾਂ ਬੰਦ ਕਰਤੀਆਂ ਵੀ ਉਸ ਤੋਂ ਟਿਊਬਵੈੱਲ ਦੇ ਬਿੱਲ ਕਿਉਂ ਛੱਡੇ? ਸਾਨੂੰ ਸ਼ਾਬਾਸ਼ ਦੇਣੀ ਚਾਹੀਦੀ ਸੀ ਬਿਜਲੀ ਬੋਰਡ ਨੂੰ, ਜੋ ਬਾਕੀ ਸੂਬਿਆਂ ਦਿੱਤਾ ਸਾਨੂੰ ਨਹੀਂ ਦਿੱਤਾ, ਕਿ ਤੁਸੀਂ ਬਿੱਲ ਮਾਫ਼ ਕੀਤੇ, ਕਿਉਂ ਕੀਤੇ ਹੈ? ਮਾੜਾ ਕੰਮ ਕੀਤਾ। ਫਿਰ ਇੰਡਸਟਰੀ ਦੀ ਗੱਲ ਕਰ ਗਈ ਬੀਬੀ, ਵਰਲਡ ਬੈਂਕ ਇੱਕ ਅਦਾਰਾ ਹੈ, ਉਹਨੇ 11 ਸੂਬਿਆਂ ਦਾ ਇੱਕ ਜਾਇਜ਼ਾ ਲਿਆ, 11 ਸੂਬਿਆਂ 'ਚ ਸਭ ਤੋਂ ਵਧੀਆ ਜੋ ਹਾਲਾਤ ਹਨ ਕਿਸੇ ਥਾਂ ਇੰਡਸਟਰੀ ਲਾਉਣ ਦੇ, ਤਾਂ ਉਹਨੇ ਪੰਜਾਬ ਲੱਗਿਆ। ਤੇ ਜੇ ਨੁਕਸਾਨ ਕੀਤਾ ਕਿਹਨੇ ਕੀਤਾ? ਇਹ ਸੋਨੀਆ ਗਾਂਧੀ ਦੀ ਕਾਂਗਰਸ ਸਰਕਾਰ ਨੇ ਕਿਵੇਂ ਕੀਤਾ ਕਿ ਨਾਲ ਵਾਲੇ ਗੁਆਂਢੀ ਸੂਬਿਆਂ ਨੂੰ ਰਹਿਤਾ ਦਿੱਤੀਆਂ, ਉੱਥੇ ਇੰਡਸਟਰੀ ਲਾਉਂਦਾ ਉਹਨੂੰ ਸੇਲ ਟੈਕਸ ਵੀ ਮਾਫ਼, ਉਹਨੂੰ ਐਕਸਾਈਜ਼ ਵੀ ਮਾਫ਼, ਉਹਨੂੰ ਇਨਕਮ ਟੈਕਸ ਵੀ ਮਾਫ਼। ਸਾਡੇ ਕੌਣ ਇੰਡਸਟਰੀ ਲਾਊਗਾ ਜੀ? ਭੱਜ ਗਈ। ਕੀ ਤੁਹਾਡਾ ਗੁਨਾਹ ਸਾਡਾ? ਤੁਸੀਂ ਦੱਸੋ ਕਿ ਸਾਨੂੰ ਇੱਕ ਵੱਡੀ ਇੰਡਸਟਰੀ ਦਿੱਤੀ ਹੈ, ਇੱਕ ਵੀ ਕੋਈ 65 ਸਾਲ ਦੀ ਆਜ਼ਾਦੀ ਹੋ ਗਈ, ਇੱਕ ਵੀ ਇੰਡਸਟਰੀ ਨਹੀਂ ਦਿੱਤੀ ਜਿਹੜੀ ਵੱਡੀ ਸੈਂਟਰ ਸਰਕਾਰ ਨੇ ਦੇਣੀ।
एक मैं लिया सा वह जो अटल बिहारी वाजपेयी जी की सरकार जी रिफाइनरी लगी है 16,000 करोड़ उदो खर्च होना वह भी जो अमरिंदर सिंह आया उन्हें बंद करती अजीब गल करते कहते जी इतने बीपीएल की तादाद बढ़ गई लोगों को गुमराह करने की तरीके ना कोई गुमराह करो बीपीएल का ए नहीं हों कि थोनू जिन्ने तुसी सर्वे करके जिन्हें मर्जी ना ले पहला जो सर्वे होया 2002 पुराना होया सानू तो हदायत आई गई सी ये तो भर्ती नहीं करते सर हस्पतालों के जिले के हस्पताल सब डिविजन के हस्पताल ब्लाकों कम्यूनिटी हेल्थ सेंटर तुसी अपना इलाका ही ले लो दसिया मैं दसना नहीं चाहता आ शहर कदे सीवरेज जिहड़े थोड़े छोटे छोटे पलत ढिलवान ते बेगोवाल इत्थे सीवरेज लग रहे हैं कि नहीं लग रहे हुण लगन लगे है ते 74 करोड़ रुपया मंजूर किया बीबी जी के हुक्म नाल 74 करोड़ 74 रुपये भी नहीं कदे आ कांग्रेस की सरकार ने कदे 74 करोड़ नहीं लाए बीपी जी ने कहा दाना मंडियां बनाउनियां है नडाला दाना मंडी बेगोवाल मंडी 16 करोड़ रुपया इन्हां ते लाए इस तरह बीपी जी ने आप दस्या पिंड पिंड वाटर बस्तियां टैंकियां बन गई कोई बनिया अगे कदे सब डिविजनल कंपलैक्स इत्थे बन गया सड़कां चौड़ियां हो गईयां हस्पताल पलत च बने 9 करोड़ रुपए का कॉलेज पॉलीटैक्निक कॉलेज बने अजे होर अजिहां दर्जना चीजा है जिहदा मैं नां नहीं लेना चाहुंदा इसलिए भराओ थोड़े कोले बेनती है ये मौका ना खुझो ये बड़ा छुरलीबाज है जिहड़ा थोड़ा कांग्रेस का मिल ये तां पुआड़े की जड़ है घर घर लड़ाई पिंड पिंड लड़ाई असंबली च ही उत्थे रौला पाउण तों बिना नहीं कोई काम मिलदा कुछ बंदा सियासी बंदा जिहड़ा हुंदा है उहनूं तां लोकां नूं रला के चलण की लोड़ हुंदी है ये कांग्रेस की नीति है पाड़ो ते राज करो किते सूबिआं नूं लड़ाया किते धर्मां नूं लड़ाया किते जातां नूं लड़ाया इहनां नूं तां गुणती इस चीज़ की मिलती है झूठे मुकदमे बनाओ हाँ हुणे बीबी जी ने गल्लां दसियां जो इन्होंने परचा जहाँ किया ना तो मैं आप अफसर टेलीफोन किया मैं हैरानी हुई होर किसी की खबर होंगी तो कोई बंदा समझे तो अफसर कहते जी सानू घेर कूर लिया तो सानू परचा करना पड़ा मैं कहा थोनू शर्म आनी चाहिए है कदे प्रेशर दे हेठा आके एह जे गलत परचे करो ਇਹਨੂੰ ਕਤਲ ਦਾ ਪਰਚਾ ਹੋ ਜਾਏ ਤਾਂ ਘੱਟ ਹੈ ਇਹ ਜਿਹੜਾ ਪਰਚਾ ਬੀਬੀ ਜੀ ਵਰਗੀ ਸ਼ਖਸੀਅਤ 'ਤੇ ਹੁੰਦਾ ਇਹ ਬੜਾ ਮਾੜਾ ਹੈ ਹੁਣ ਉਹਨਾਂ 'ਤੇ ਪਰਚਾ ਹੋਊਗਾ ਜਿਨ੍ਹਾਂ ਨੇ ਗਲਤ ਪਰਚਾ ਕਰਿਆ ਆਹ ਭਰਾਵੋ 10 ਦਿਨ ਰਹਿ ਗਏ ਸਰਕਾਰ ਆਪਣੀ ਬਣ ਜਾਣੀ ਹੈ ਮੈਂ ਕਿਸੇ ਨੂੰ ਨਾ ਡਰਾਉਣਾ ਨਾ ਭੈ ਦਿੰਦਾ लेकिन इन्ना मैं चाहना कि इंसाफ करो असी कोई नहीं आते रियायत करो जे ये जे लोगों के जिन्होंने एवं रौला पा के तो गलत काम कराने रौला पा के गलत काम करना अफसर का काम नहीं चलो कोई नहीं 10 दिन सही होर कट लेंगे फिर मैं नहीं आता कि असी कोई बदले लेने हैं लेकिन जिहड़ा गलत काम करता है उन्हें तो जरूर सजा मिलनी चाहिए ना कोई भी हो इसलिए मेरा दिल तो बहुत करता हूं लंबा समा थोड़े च रहिए पर हुण मैं गुरदासपुर जिले चले जाना फिर रात को जलंधर आना इसलिए वीरो थोड़े को यही बेनती है कि पार्टी भी थोड़ी वधिया
ਜਿਹਦਾ ਐਡਾ ਵੱਡਾ ਇਤਿਹਾਸ ਹੈ, ਜਿਹਨੇ ਇੰਨੀਆਂ ਕੁਰਬਾਨੀਆਂ ਕੀਤੀਆਂ, ਕੈਂਡੀਡੇਟ ਵੀ ਤੁਹਾਡਾ ਵਧੀਆ। ਤੇ ਤੀਜੀ ਗੱਲ ਮੈਂ ਆਪਦੇ ਮੂੰਹ ਨਹੀਂ ਕਹਿੰਦਾ, ਸਾਡੀਆਂ ਪਾਰਟੀਆਂ ਨੇ ਫੈਸਲਾ ਕਰਤਾ ਹੈ ਦੋਵਾਂ ਨੇ ਕਿ ਅਗਲਾ ਮੁੱਖ ਮੰਤਰੀ ਦਾ ਕੈਂਡੀਡੇਟ ਪ੍ਰਕਾਸ਼ ਸਿੰਘ ਬਾਦਲ ਹੋ। ਤੇ ਇਹਨਾਂ ਦਾ ਅਜੇ ਪਤਾ ਹੀ ਨਹੀਂ, ਭਰਵਾਨ ਹੀ ਕੋਈ ਸਾਹਮਣੇ ਨਹੀਂ ਆਉਂਦਾ। ਆ ਬੀਬੀ ਭੱਟਲ ਸਤਿਕਾਰਯੋਗ ਹੈ, ਭੈਣ ਹੈ ਸਾਡੀ, ਉਹ ਨਵੇਂ ਸੂਟ ਸਵਾਈ ਜਾਂਦੀ ਹੈ ਵੀ ਮੈਂ ਅਮਰਿੰਦਰ ਨੂੰ ਤਾਂ ਨਹੀਂ ਬਣ ਦੇਣਾ, ਮੈਂ ਬਣੂ। ਅਮਰਿੰਦਰ ਸਿੰਘ ਆਪਦੇ ਕੋਟ ਸਵਾਈ ਜਾਂਦਾ ਕਿ ਮੈਂ ਹੱਥ ਲੈਣੀ ਹੈ, ਮੇਰੀ ਤਾਂ ਗੱਲ ਪੱਕੀ ਹੈ। ਇਹਦੇ ਘਰੋਂ ਬੀਬੀ ਅਮਰਿੰਦਰ ਸਿੰਘ ਦੇ ਪ੍ਰਨੀਤ ਕੌਰ, ਤੁਸੀਂ ਪੜ੍ਹਿਆ ਉਹਨੇ ਅਖਬਾਰ, ਮਿਨਿਸਟਰ ਉਹਦੀ ਸੋਨੀਆ ਨਾਲ ਥੋੜ੍ਹੀ ਸੇਲ ਪੁਣਿਆ। ਉਹ ਸੋਨੀਆ ਦੇ ਕੰਨ ਭਰਦੀ ਹੈ ਕਿ ਅੱਗੇ ਇਹਨੂੰ ਤੁਸੀਂ ਰਾਜ ਦੇਤਾ ਸੀ ਕੁਹਾੜਿਆ ਕਾਲੀਆਂ ਤੋਂ, ਹੁਣ ਗਲਤੀ ਨਾ ਕਰੋ, ਮੈਨੂੰ ਬਣਾਓ, ਮੈਂ ਰਾਜ ਚਲਾਉਂਗੀ। ਆ ਬਾਜਵਾ ਜਿੱਥੇ ਹੁਣ ਅਸੀਂ ਜਾਣਾ ਕਾਲੀਆਂ ਨੀ, ਉਹ ਮੁੱਛਾਂ ਨੂੰ ਤਾਂ ਦੇਈ ਜਾਂਦਾ, ਮੈਨੂੰ ਬਣਾਓ। ਘਰ ਵੀਰੋ ਜਿਹੜੇ ਘਰ ਚ ਇੰਨੀ ਫੁੱਟ ਹੋਵੇ, ਜਿਹੜੇ ਘਰ ਚ ਕੋਈ ਫੈਸਲਾ ਹੀ ਨਾ ਹੁੰਦਾ। ਹੁਣ ਆਪਣੇ ਸਾਹਮਣੇ ਤਾਂ ਮੈਦਾਨ ਚ ਬੰਦਾ ਕੋਈ ਨੀ, ਅਸਲੀ ਨਿਚੋੜ ਹੈ ਮੁੱਖ ਮੰਤਰੀ ਕੌਣ ਹੋਣਾ। ਇੱਕ ਦੱਸੋ, ਕਦੇ ਵੀ ਵੇਖੋ ਜਿਹੜਾ ਲੀਡਰ ਹੁੰਦਾ ਕੋਈ ਵੀ ਹੋਵੇ, ਉਹਦੀ ਜਿਹੜੀ ਆਪਣੀ ਜ਼ਿੰਦਗੀ ਹੁੰਦੀ ਹੈ ਲੋਕਾਂ ਦੇ ਅਸਰ ਪਾਉਂਦੀ। ਅੱਜ ਪ੍ਰੈਸ ਵਾਲੇ ਵੀ ਲੋਕ ਵੀ, ਅਸੀਂ ਕਿੱਥੇ ਖੜਦੇ ਹਾਂ, ਕਿੱਥੇ ਬਹਿੰਦੇ ਹਾਂ, ਕਿੱਥੇ ਖਾਂਦੇ ਹਾਂ, ਕੀ ਕਰਦੇ, ਸਭ ਇਹਦੇ ਤੇ। ਜਿਹੜੀਆਂ ਕਰਤੂਤਾਂ ਅਮਰਿੰਦਰ ਕਰਦਾ ਤੁਹਾਨੂੰ ਸਾਰਿਆਂ ਨੂੰ ਪਤਾ। ਕੀ ਲੀਡਰ ਉਹ ਹੋਣਾ ਚਾਹੀਦਾ, ਲੀਡਰ ਉਹਨਾਂ ਹੋਣਾ ਚਾਹੀਦਾ ਜਿਹਦੀ ਜ਼ਿੰਦਗੀ ਮਿਸਾਲ ਹੋਵੇ ਲੋਕਾਂ ਦੇ ਸਾਹਮਣੇ। ਇੱਕ ਦੱਸੋ, ਕਦੇ ਇਹਨੇ ਪੰਜਾਬ